ਅਤੇ ਜਵਾਕਾਂ ਨੂੰ ਸਕੂਲਾਂ 'ਚ ਗਰਮੀਆਂ ਦੀਆਂ ਛੁੱਟੀਆਂ ਹੋਣ ਅਤੇ ਛੁੱਟੀਆਂ ਦਾ ਕੰਮ ਮਿਲਿਆ ਹੋਵੇ ਅਤੇ ਚੋਣਾਂ ਦੇ ਦਿਨਾਂ 'ਚ ਕੰਮ 'ਚ ਚੋਣਾਂ ਦਾ ਜ਼ਿਕਰ ਨਾ ਆਵੇ, ਕਿਵੇਂ ਨਹੀਂ ਹੋ ਸਕਦਾ? ਇਹ ਕਿਵੇਂ ਹੋ ਸਕਦਾ? ਬਿਲਕੁਲ ਜੀ, ਇਸ ਵਾਰ ਛੁੱਟੀਆਂ ਦੇ ਉੱਤੇ ਵੀ, ਜਵਾਕਾਂ ਦੀਆਂ ਛੁੱਟੀਆਂ ਦੇ ਕੰਮ ਦੇ ਉੱਤੇ ਵੀ ਚੋਣ ਪ੍ਰਕਿਰਿਆ ਦਾ ਅਸਰ ਨਜ਼ਰ ਆਇਆ। ਅਸਲ 'ਚ ਕੀ ਆ ਕਿ ਮਾਸਟਰਾਂ ਦੀ ਲੱਗੀ ਹੋਣੀ ਡਿਊਟੀ ਪਈ ਚੋਣਾਂ 'ਚ, ਅਤੇ ਅਗਲੇ ਕਹਿੰਦੇ ਫਿਰ ਜਵਾਕਾਂ ਨੂੰ ਸਵਾਲ ਵੀ ਪਾਓ ਯਾਰ ਕੁਛ ਇਹੋ ਜਿਹੇ ਚੋਣਾਂ ਨਾਲ ਸੰਬੰਧਿਤ। ਵੈਸੇ ਚੰਗੀ ਗੱਲ ਹੈ, ਜਵਾਕਾਂ ਨੂੰ ਪਤਾ ਹੋਣਾ ਚਾਹੀਦਾ। ਕਿਸੇ ਸਮੇਂ ਜਦੋਂ ਅਸੀਂ ਸਕੂਲਾਂ 'ਚ ਪੜ੍ਹਦੇ ਹੁੰਦੇ ਸੀ ਤਾਂ ਰਾਸ਼ਟਰਪਤੀ ਦਾ ਨਾਮ, ਪ੍ਰਧਾਨ ਮੰਤਰੀ ਦਾ ਨਾਮ, ਵਿੱਤ ਮੰਤਰੀ ਦਾ ਨਾਮ, ਰੱਖਿਆ ਮੰਤਰੀ ਦਾ ਨਾਮ, ਹੈ ਫਿਰ ਉਹ ਤੋਂ ਬਾਅਦ ਜੀ ਹੈ ਤੁਸੀਂ ਰੇਲਵੇ ਮੰਤਰੀ ਦਾ ਨਾਮ, ਇੱਦਾਂ ਕਿੰਨੇ ਹੀ ਮੰਤਰਾਲਿਆਂ ਦੇ ਨਾਮ ਚੇਤੇ ਹੁੰਦੇ ਸੀ। ਆਹ ਹੁਣ ਪਿਛਲੇ 8-10 ਸਾਲਾਂ ਤੋਂ ਹਾਲਤ ਇਹ ਹੈ ਕਿ ਰੇਲ ਨੂੰ ਝੱਡੀ ਦੇਣ ਵੀ ਪ੍ਰਧਾਨ ਮੰਤਰੀ ਜੀ ਜਾ ਰਹੇ ਨੇ, ਵਿਦੇਸ਼ ਵਾਲੇ ਮਸਲੇ 'ਤੇ ਵੀ ਪ੍ਰਧਾਨ ਮੰਤਰੀ ਜੀ ਬੋਲ ਰਹੇ ਨੇ, ਰੱਖਿਆ ਵਾਲੇ ਮਸਲੇ 'ਤੇ ਪ੍ਰਧਾਨ ਮੰਤਰੀ ਜੀ ਬੋਲ ਰਹੇ ਨੇ। ਸੋ ਲੋਕਾਂ ਨੂੰ ਮੰਤਰੀਆਂ ਦੇ ਨਾਂ ਹੀ ਨਹੀਂ ਚੇਤੇ ਹੁੰਦੇ ਅਤੇ ਫਿਰ ਜਵਾਕ ਕਿੱਥੋਂ ਯਾਦ ਕਰ। ਪਰ ਇਸ ਵਾਰ ਸਕੂਲਾਂ 'ਚ ਜਿਹੜੀਆਂ ਛੁੱਟੀਆਂ ਹੋਈਆਂ, ਛੁੱਟੀਆਂ 'ਚ ਜਿਹੜਾ ਕੰਮ ਮਿਲਿਆ, ਉਹ 'ਚ ਕਹਿੰਦੇ ਭਾਈ ਆਪਣੇ MLA ਦਾ ਨਾਮ ਵੀ ਯਾਦ ਕਰਕੇ ਆਓ, ਆਪਣੇ MP ਦਾ ਵੀ, ਅਤੇ ਵੋਟਾਂ ਨੇ ਇਸ ਲਈ ਤੁਹਾਡੇ ਹਲਕੇ ਤੋਂ ਕਿੰਨੇ ਉਮੀਦਵਾਰ ਖੜ੍ਹੇ ਨੇ, ਇਹਦਾ ਇਹਨਾਂ ਸਾਰਿਆਂ ਉਮੀਦਵਾਰਾਂ ਦੀ ਸੂਚੀ ਵੀ ਬਣਾਉਣੀ ਆ ਅਤੇ ਉਹਨਾਂ ਦੇ ਚੋਣ ਨਿਸ਼ਾਨ ਵੀ ਸੂਚੀ ਬਣਾਉਣੀ ਆ। ਹਾਂ, ਜਦੋਂ ਨਤੀਜੇ ਆ ਗਏ 4 ਜੂਨ ਨੂੰ ਤਾਂ ਉਹ ਤੋਂ ਬਾਅਦ ਕਹਿੰਦੇ ਤੁਸੀਂ ਬਕਾਇਦਾ ਤੌਰ 'ਤੇ ਜਿਹੜਾ ਜਿੱਤਿਆ ਉਹਦਾ ਵੀ ਹਿਸਾਬ ਕਿਤਾਬ ਲਿਖਣਾ, ਜਿਹੜਾ ਹਾਰਿਆ ਉਹਦਾ ਵੀ ਲਿਖਣਾ, ਜਿਹੜਾ 30 ਨੰਬਰ 'ਤੇ ਆ ਉਹਦਾ ਵੀ। ਬਿਲਕੁਲ ਜੀ, ਇਸ ਵਾਰ ਕਹਿੰਦੇ ਜੀ ਵੋਟਿੰਗ ਦੀ ਨੋਟਿੰਗ ਕਰਨ ਦਾ ਕੰਮ ਸਕੂਲਾਂ ਦੇ ਵਿਦਿਆਰਥੀਆਂ ਨੂੰ ਛੁੱਟੀਆਂ ਦੇ ਕੰਮ 'ਚ ਮਿਲਿਆ, ਔਰ ਪ੍ਰਾਇਮਰੀ ਸਕੂਲ ਜਮਾਤ ਦੇ, ਕਿਉਂਕਿ ਬੜੇ ਨਿਆਣੇ ਤਾਂ ਕਹਿੰਦੇ ਟੈਲੀਵਿਜ਼ਨ 'ਤੇ, ਅਖਬਾਰ 'ਤੇ ਕਿਤੇ ਨਾ ਕਿਤੋਂ ਇੱਧਰ ਉੱਧਰੋਂ ਖਬਰ ਜਾਣਕਾਰੀ ਹਾਸਲ ਕਰ ਲੈਂਦੇ ਆ, ਪਰ ਅੱਜ ਕੱਲ੍ਹ ਤਾਂ ਉਹ ਵੀ ਘੱਟ ਹੈ, ਜਵਾਕ ਅਖਬਾਰ ਨੂੰ ਹੱਥ ਨਹੀਂ ਲਾਉਂਦੇ ਅਤੇ ਫੋਨਾਂ ਮੋਬਾਈਲਾਂ 'ਤੇ ਟੈਲੀਵਿਜ਼ਨ 'ਤੇ ਜੋ ਦੇਖਦੇ ਆ, ਰੱਬ ਅਲੀ ਕਰੇ। ਹਾਂ, ਇਹ ਕੰਮ ਜੀ ਦਿੱਤਾ ਜੀ ਹਰਿਆਣਾ ਦੇ ਵਿੱਚ ਸਰਕਾਰੀ ਸਕੂਲ ਦੇ ਵਿੱਚ ਪ੍ਰਾਇਮਰੀ ਤੱਕ ਦੇ ਜਵਾਕਾਂ ਨੂੰ, ਹਰਿਆਣਾ ਸਿੱਖਿਆ ਵਿਭਾਗ ਵੱਲੋਂ ਜਾਰੀ ਸੂਚਨਾ ਦੇ ਹਵਾਲੇ। ਪੰਜਾਬ ਦੇ ਗਵਾਂਢੀ ਸੂਬੇ ਹਰਿਆਣੇ ਦੇ ਵਿੱਚ 1ਜਮਾਤ ਤੋਂ ਲੈ ਕੇ 5ਵੀਂ ਤੱਕ ਦੇ ਜਵਾਕਾਂ ਨੂੰ ਜਿਹੜਾ ਕੰਮ ਮਿਲਿਆ, ਉਹ 'ਚੋਂ 3ਜੀ 4ਵੀਂ ਜਵਾਕਾਂ ਦੇ ਕੰਮਾਂ ਦੇ ਵਿੱਚ ਇਹ ਚੋਣਾਂ ਦਾ ਅਸਰ ਵੀ ਆ ਗਿਆ। ਹੁਣ 1ਜਮਾਤ ਵਾਲੇ ਜਵਾਕਾਂ ਨੂੰ ਕੰਮ ਮਿਲਿਆ ਕਿ ਤੁਸੀਂ ਸਵੇਰੇ ਹੋ ਕੇ ਜੀ ਸੂਰਜ ਕਿੰਨੇ ਵਜੇ ਚੜ੍ਹਿਆ, ਸੂਰਜ ਕਿੰਨੇ ਵਜੇ ਛੁਪਿਆ, ਉਹਦਾ ਟਾਈਮ ਨੋਟ ਕਰਨਾ, ਰੋਜ਼ ਤਾਪਮਾਨ ਸਵੇਰੇ ਕਿੰਨਾ, ਦੁਪਹਿਰ ਨੂੰ ਕਿੰਨਾ, ਰਾਤ ਨੂੰ ਕਿੰਨਾ, ਉਹ ਨੋਟ ਕਰਨਾ, ਮਾਂ ਪਿਓ ਦੀ ਸਹਾਇਤਾ ਲੈ ਲਿਓ। ਕਹਿੰਦੇ 3-5 ਲਾਈਨਾਂ 'ਚ ਆਪਣੇ ਪਰਿਵਾਰ ਬਾਰੇ ਰੋਜ਼ ਬੋਲ ਕੇ ਇੱਕ ਵੀਡੀਓ ਆਪਣੀ ਮਾਸਟਰੀ ਨੂੰ ਜਾਂ ਮਾਸਟਰ ਨੂੰ ਭੇਜਣੀ ਹੈ, ਹੈਂ ਤੁਹਾਡੇ ਪਾਲਤੂ ਜਾਨਵਰ ਜਿੰਨੇ ਰੱਖੇ ਹੋਏ ਉਹਨਾਂ ਨੂੰ ਤੁਸੀਂ ਕੀ ਖਾਣ ਨੂੰ ਦਿੰਦੇ ਹੋ, ਕੀ ਪੀਣ ਨੂੰ ਦਿੰਦੇ ਹੋ, ਉਹਦਾ ਨੋਟ ਕਰਨਾ। ਇਹ 1ਜਮਾਤ ਦੇ ਜਵਾਕਾਂ ਨੂੰ ਮਿਲਿਆ। ਦੂਜੀ ਜਮਾਤ ਵਾਲਿਆਂ ਨੂੰ ਮਿਲ ਗਿਆ ਜੀ ਕਿ ਜਿਵੇਂ ਸਰਦੀ ਦੇ ਜਿਹੜੇ ਅਸੀਂ ਚੀਜ਼ਾਂ ਖਾਂਦੇ ਹਾਂ, ਚਾਹੇ ਉਹ ਬਾਜਰਾ ਹੈ, ਚਾਹੇ ਜਵਾਰ ਹੈ, ਚਾਹੇ ਉਹ ਛੋਲੇ ਨੇ, ਚਾਹੇ ਰੋਂਗੀ ਆ, ਹੈ ਨਾ, ਉਹਨਾਂ ਦੀ ਪਹਿਚਾਣ, ਵੱਖ ਵੱਖ ਪਹਿਚਾਣ ਹੋਣੀ ਚਾਹੀਦੀ ਆ। ਫਿਰ ਭਾਰਤ 'ਚ ਖੇਡੇ ਜਾਣ ਵਾਲੀਆਂ 3 ਅੰਤਰਰਾਸ਼ਟਰੀ ਜਿਹੜੀਆਂ ਖੇਡਾਂ ਨੇ ਉਹਨਾਂ ਦੇ ਨਾਮ, ਉਹਨਾਂ ਦੇ ਖਿਡਾਰੀਆਂ ਦੇ ਜ਼ਿਕਰ ਹੋਣੇ ਚਾਹੀਦੇ ਨੇ। 10 ਫਲ 10 ਸਬਜ਼ੀਆਂ ਸਿੱਖੋ ਜੀ, ਕਹਿੰਦੇ ਮੋਬਾਈਲ ਤੋਂ ਰੁਪਈਏ ਟ੍ਰਾਂਸਫਰ ਕਰਨੇ ਸਿੱਖੋ। ਇਹ 2ਜਮਾਤ ਦੇ ਜਵਾਕਾਂ ਨੂੰ ਕੰਮ ਮਿਲਿਆ। 3ਜਮਾਤ ਦੇ ਜਵਾਕਾਂ ਨੂੰ ਇਹਨਾਂ ਇਹੋ ਜਿਹੇ ਕੰਮਾਂ ਦੇ ਨਾਲ ਨਾਲ ਚੋਣ ਵਾਲਾ, ਰਾਜਨੀਤਿਕ ਵਾਲਾ ਕੰਮ ਵੀ ਮਿਲਿਆ। ਹੁਣ ਬੇਸ਼ੱਕ ਇਹਨਾਂ ਨੂੰ ਮਿਲਿਆ ਕਿ ਜਿਵੇਂ ਤੁਸੀਂ ਡਾਕਖਾਨੇ ਜਾਣਾ, ਹੈ ਨਾ, ਤੁਸੀਂ ਬੈਂਕ ਜਾਣਾ, ਤੁਸੀਂ ਰੇਲਵੇ ਸਟੇਸ਼ਨ ਜਾਣਾ, ਉਹ ਮਾਪਿਆਂ ਨਾਲ ਜਾਣਾ ਅਤੇ ਉੱਥੇ ਤੇ ਕੰਮ ਕਰਨ ਦੀ ਪ੍ਰਕਿਰਿਆ ਨੂੰ ਸਿੱਖਣਾ ਅਤੇ ਨੋਟ ਕਰਨਾ, ਹੈ ਫਿਰ ਤੁਸੀਂ ਫੈਮਿਲੀ ਟ੍ਰੀ ਬਣਾਓ। ਇਹਦੇ ਨਾਲ ਉਹਨਾਂ ਨੂੰ ਮਿਲਿਆ ਕਿ MLA ਦਾ ਨਾਮ, MP ਦਾ ਨਾਮ ਅਤੇ ਤੁਹਾਡੇ ਸੂਬੇ ਦੇ ਮੁੱਖ ਮੰਤਰੀ ਦਾ ਨਾਮ, ਤੁਹਾਡੇ ਹਲਕੇ ਦਾ MLA ਕੌਣ ਹੈ ਉਹਦਾ ਨਾਮ ਲਿਖ ਕੇ ਲਿਆਉਣਾ, ਤੁਹਾਡੇ ਮਤਲਬ ਕਿ ਹਲਕੇ ਦਾ MP ਕੌਣ ਹੈ, ਮੈਂਬਰ ਪਾਰਲੀਮੈਂਟ ਕੌਣ ਹੈ, MLA ਅਤੇ MP ਉਹਨਾਂ ਦੇ ਨਾਂ ਲਿਖਣੇ, ਫਿਰ ਜਿਹੜੇ ਸੂਬੇ 'ਚ ਤੁਹਾਡਾ ਖੇਤਰ ਆਉਂਦਾ ਉਹ ਸੂਬੇ ਦਾ ਮੁੱਖ ਮੰਤਰੀ, ਮਤਲਬ ਹਰਿਆਣੇ ਦਾ ਮੁੱਖ ਮੰਤਰੀ, ਇਹ ਉਹਨਾਂ ਨੂੰ ਕੰਮ ਮਿਲਿਆ। ਇਹ ਹੈਗੀ 3ਜਮਾਤ। 4ਜਮਾਤ ਵਾਲਿਆਂ ਨੂੰ ਘਰ 'ਚ ਵਰਤੋਂ ਵਾਲੀਆਂ ਚੀਜ਼ਾਂ ਉਹਨਾਂ ਦੇ ਨਾਮ ਯਾਦ ਕਰਨੇ ਆ, ਪਾਣੀ ਦੀ ਬੱਚਤ ਕਰਨੀ ਸਿੱਖਣੀ ਹੈ, ਹਫ਼ਤੇ 'ਚ ਇੱਕ ਦਿਨ ਮੋਬਾਈਲ ਤੋਂ ਦੂਰ ਰਹਿਣਾ, ਇਹ 4ਜਮਾਤ ਵਾਲਿਆਂ ਨੂੰ, ਹੈ ਨਾ।
ਘਰ ਦੀ ਗੱਡੀ ਦਾ ਨੰਬਰ ਵੀ ਨੋਟ ਕਰਨਾ ਹੈ, ਰੋਜ਼ ਕਿੰਨੇ ਕਿਲੋਮੀਟਰ ਚੱਲਦੀ ਹੈ ਇਹ ਵੀ ਨੋਟ ਕਰਨਾ ਹੈ, ਇਹ ਤੋਂ ਇਲਾਵਾ ਲਾਇਬ੍ਰੇਰੀ 'ਚੋਂ ਕਿਤਾਬਾਂ ਵੀ ਕਢਾਉਣੀਆਂ। ਹਾਂ, ਤੁਸੀਂ ਲੋਕ ਸਭਾ ਖੇਤਰ ਦੇ ਵਿੱਚ ਜਿਹੜੇ ਉਮੀਦਵਾਰ ਖੜ੍ਹੇ ਨੇ, ਜਿਸ ਹਲਕੇ ਜਿਸ ਲੋਕ ਸਭਾ ਹਲਕੇ 'ਚ ਤੁਹਾਡਾ ਘਰ ਆਉਂਦਾ, ਉਸ ਹਲਕੇ ਦੇ ਉਹ ਜਿੰਨੇ ਉਮੀਦਵਾਰ ਖੜ੍ਹੇ ਨੇ ਉਹਨਾਂ ਸਾਰਿਆਂ ਦੀ ਸੂਚੀ ਬਣਾਉਣੀ ਹੈ ਅਤੇ ਉਹਨਾਂ ਦੇ ਚੋਣ ਨਿਸ਼ਾਨਾਂ ਦੀ ਸੂਚੀ ਬਣਾਉਣੀ ਹੈ। ਇਹ ਚੌਥੀ ਜਮਾਤ ਵਾਲਿਆਂ ਨੂੰ ਕੰਮ ਮਿਲਿਆ। ਇਸੇ ਤਰ੍ਹਾਂ ਪੰਜਵੀਂ ਜਮਾਤ ਵਾਲਿਆਂ ਨੂੰ ਪ੍ਰਧਾਨ ਮੰਤਰੀ ਦਾ ਨਾਮ ਲਿਖਣਾ ਵੀ, ਮੁੱਖ ਮੰਤਰੀ ਦਾ ਨਾਮ ਲਿਖਣਾ ਵੀ, ਰਾਜਪਾਲ ਦਾ ਨਾਮ ਲਿਖਣਾ ਵੀ, ਐਮ ਪੀ ਦਾ ਨਾਮ ਲਿਖਣਾ ਵੀ ਅਤੇ ਐੱਮ ਐੱਲ ਏ ਦਾ ਵੀ। ਤੁਹਾਨੂੰ ਪਤਾ ਹੋਵੇ ਤੁਹਾਡੇ ਮੁਲਕ ਦਾ ਰਾਸ਼ਟਰਪਤੀ ਉਹ ਲਿਖ ਕੇ ਲਿਆਉਣਾ, ਪ੍ਰਧਾਨ ਮੰਤਰੀ ਕੌਣ ਆ ਉਹ ਲਿਖ ਕੇ ਲਿਆਉਣਾ, ਮੁੱਖ ਮੰਤਰੀ ਕੌਣ ਆ ਉਹ ਲਿਖ ਕੇ ਲਿਆਉਣਾ, ਐੱਮ ਪੀ ਕੌਣ ਆ ਉਹ ਲਿਖ ਕੇ ਲਿਆਉਣਾ, ਐੱਮ ਐੱਲ ਏ ਕੌਣ ਆ ਉਹ ਲਿਖ ਕੇ ਲਿਆਉਣਾ। ਇਹ ਤੋਂ ਇਲਾਵਾ ਪੰਜਵੀਂ ਜਮਾਤ ਵਾਲਿਆਂ ਨੂੰ ਇਹ ਵੀ ਕੰਮ ਮਿਲਿਆ ਕਿ ਜਦੋਂ 4 ਜੂਨ ਨੂੰ ਨਤੀਜੇ ਆਉਣ ਤਾਂ ਜਿਹੜਾ ਜਿੱਤਿਆ ਉਹ ਕੌਣ ਜਿੱਤਿਆ, ਕਿੰਨੀਆਂ ਵੋਟਾਂ ਨਾਲ ਜਿੱਤਿਆ, ਜਿਹੜਾ ਦੂਏ ਨੰਬਰ 'ਤੇ ਹਾਰਿਆ ਪਰ ਉਹ ਦੂਏ ਨੰਬਰ ਵਾਲਾ ਕੌਣ ਸੀ, ਕਿੰਨੀਆਂ ਵੋਟਾਂ ਨਾਲ ਹਾਰਿਆ, ਅਤੇ ਤੀਜੇ ਨੰਬਰ 'ਤੇ ਕੌਣ ਰਿਹਾ, ਕਿੰਨੀਆਂ ਵੋਟਾਂ ਨਾਲ। ਸੋ ਇਹ ਸਾਰੀ ਸੂਚੀ ਬਣਾ ਕੇ ਲਿਆਉਣੀ ਹੈ, ਇਹ ਹਦਾਇਤ ਹੁੰਦੀ ਹੈ। ਸੋ ਇਸ ਲਈ ਐਕਟੀ ਛੁੱਟੀਆਂ ਦੇ ਕੰਮ 'ਤੇ ਚੋਣਾਂ ਦਾ ਅਸਰ, ਮਤਲਬ ਵੋਟਿੰਗ ਅਤੇ ਨੋਟਿੰਗ ਜਵਾਕ ਜੂਨ ਜੁਲਾਈ ਦੀਆਂ ਛੁੱਟੀਆਂ 'ਚ ਕਰਨਗੇ। ਚਲੋ ਵਧੀਆ ਜੀ, ਗਿਆਨ ਵੀ ਵਧੂਗਾ ਅਤੇ ਰਾਜਨੀਤੀ ਦੇ ਵਿੱਚ ਇੱਛਾ ਸ਼ਕਤੀ ਵੀ ਜਾਗੂਗੀ। ਚੰਗੇ ਸੋਚ ਵਾਲੇ ਜਵਾਕ ਕੱਲ੍ਹ ਲੀਡਰ ਬਣ ਕੇ ਪੈਦਾ ਹੋਣ ਤਾਂ ਸ਼ਾਇਦ ਦੇਸ਼ ਦਾ ਭਲਾ ਹੋਵੇ। ਤੁਸੀਂ ਵੇਖਦੇ ਰਹੋ ਦਾ TVNRI। ਬਹੁਤ ਬਹੁਤ ਸ਼ੁਕਰੀਆ।